ਅੱਜ ਹੀ ਡਾਊਟਨੈਟ ਐਪ ਡਾਊਨਲੋਡ ਕਰੋ। ਡਾਊਟਨੈਟ 'ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ, ਉਹ ਵੀ ਪੰਜਾਬੀ ਵਿੱਚ। ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ, ਉਸਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲਿਊਸ਼ਨ ਪਾਓ। ਅਤੇ ਅਜਿਹੇ ਹੀ ਹੋਰ ਵੀਡੀਓ ਦੇਖਣ ਲਈ ਡਾਊਟਨੈਟ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। ਸਾਡਾ ਪ੍ਰਸ਼ਨ ਹੈ, ਰਾਈਟ ਅ ਪਾਇਥਾਗੋਰਨ ਟ੍ਰਿਪਲੇਟ ਹੂ ਸਮਾਲੈਸਟ ਨੰਬਰ ਇਜ਼ 12। ਸਾਨੂੰ ਸਮਾਲੈਸਟ ਨੰਬਰ ਦਿੱਤਾ ਹੋਇਆ ਪਾਇਥਾਗੋਰਨ ਟ੍ਰਿਪਲੇਟ ਦਾ ਅਤੇ ਬਾਕੀ ਦੇ ਦੋ ਨੰਬਰ ਫਾਇੰਡ ਕਰਨੇ ਹੈ, ਠੀਕ ਹੈ। ਹੁਣ ਪਾਇਥਾਗੋਰਨ ਟ੍ਰਿਪਲੇਟ ਹੁੰਦੇ ਕੀ ਹੈ? ਜਿਵੇਂ ਕਿ ਸਾਨੂੰ ਪਾਇਥਾਗੋਰਸ ਥਿਊਰਮ ਪਤਾ ਹੈ ਕਿ ਹਾਈਪੋਟੇਨਿਊਸ ਸਕੁਅਰ ਇਜ਼ ਇਕੁਅਲ ਟੂ ਪਰਪੈਂਡੀਕੁਲਰ ਸਕੁਅਰ ਪਲੱਸ ਬੇਸ ਸਕੁਅਰ। ਜੇ ਆਪਾਂ ਇੱਥੇ ਡਰਾ ਕਰੀਏ, ਸੋਰੀ, ਰਾਈਟ ਐਂਗਲ ਟ੍ਰਾਇੰਗਲ ਡਰਾ ਕਰਨਾ ਹੈ ਤਾਂ ਆਪਣਾ ਇਹ ਹੋ ਜਾਏਗਾ ਇਸ ਤਰ੍ਹਾਂ ਦਾ ਕੁਛ, ਰਾਈਟ ਐਂਗਲ ਟ੍ਰਾਇੰਗਲ। ਅਤੇ ਇਹਦੇ ਵਿੱਚ ਜਿਹੜਾ ਹਾਈਪੋਟੇਨਿਊਸ ਦਾ ਸਕੁਅਰ ਹੋਏਗਾ ਉਹ ਕਿਹਦੇ ਇਕੁਅਲ ਹੋਏਗਾ? ਪਰਪੈਂਡੀਕੁਲਰ ਦੇ ਸਕੁਅਰ ਦੇ, ਅਤੇ ਬੇਸ ਪਲੱਸ ਬੇਸ ਦੇ ਸਕੁਅਰ ਦੇ, ਠੀਕ ਹੈ ਜੀ। ਅਤੇ ਹੁਣ ਇਹਦੇ ਵਿੱਚੋਂ ਸਾਨੂੰ ਇੱਕ ਸਮਾਲੈਸਟ ਵਾਲਾ ਨੰਬਰ ਪਤਾ ਹੈ, ਬਾਕੀ ਦੇ ਨੰਬਰ ਆਪਾਂ ਫਾਈਂਡ ਕਰਨੇ ਹੈ। ਅਤੇ ਹੁਣ ਉਹ ਫਾਈਂਡ ਕਰਨ ਲਈ ਆਪਾਂ ਯੂਜ਼ ਕਰਦੇ ਹਾਂ 2m, m ਸਕੁਅਰ ਪਲੱਸ 1 ਅਤੇ m ਸਕੁਅਰ ਮਾਈਨਸ 1, ਇਹ ਵਾਲੇ ਤਿੰਨ ਨੰਬਰਸ ਨੂੰ ਯੂਜ਼ ਕਰਕੇ ਆਪਾਂ ਫਾਈਂਡ ਕਰਾਂਗੇ। ਅਤੇ ਜਿਹੜਾ ਇਹਦੇ ਵਿੱਚੋਂ 2m ਹੁੰਦਾ ਉਹ ਹਮੇਸ਼ਾ ਸਭ ਤੋਂ ਸਮਾਲੈਸਟ ਨੰਬਰ ਹੁੰਦਾ ਹੈ, ਠੀਕ ਹੈ ਜੀ। ਹੁਣ ਸਮਾਲੈਸਟ ਨੰਬਰ ਮਤਲਬ 2m ਇਜ਼ ਇਕੁਅਲਸ ਟੂ ਕਿਹਦੇ ਇਕੁਅਲ ਲਿਖ ਸਕਦੇ ਹਾਂ ਆਪਾਂ 12 'ਤੇ, ਤਾਂ ਇਹਦੇ ਵਿੱਚੋਂ ਆਪਾਂ m ਦੀ ਵੈਲਿਊ ਕੱਢ ਲਾਂਗੇ ਤਾਂ m ਕਿੰਨਾ ਆ ਜਾਏਗਾ ਆਪਣੇ ਕੋਲ 12 ਅਪੋਨ 2, 2 ones are 2, 2 sixes are 12, ਤਾਂ m ਕਿੰਨਾ ਆ ਗਿਆ ਆਪਣੇ ਕੋਲ 6। ਹੁਣ ਬਾਕੀ ਦੇ ਦੋ ਨੰਬਰਸ ਫਾਈਂਡ ਕਰਾਂਗੇ ਤਾਂ ਬਾਕੀ ਦਾ ਦੂਸਰਾ ਨੰਬਰ ਕੀ ਹੋਏਗਾ? m ਸਕੁਅਰ ਪਲੱਸ 1 ਇਜ਼ ਇਕੁਅਲਸ ਟੂ 6 ਸਕੁਅਰ ਪਲੱਸ 1 ਇਜ਼ ਇਕੁਅਲਸ ਟੂ 6 6 ਜ਼ 36 ਪਲੱਸ 1 ਇਜ਼ ਇਕੁਅਲਸ ਟੂ 37। ਇੱਕ ਨੰਬਰ ਆ ਗਿਆ 37। ਅਤੇ ਨੈਕਸਟ ਆਪਾਂ ਫਾਈਂਡ ਕਰਦੇ ਹਾਂ m ਸਕੁਅਰ ਮਾਈਨਸ 1 ਇਜ਼ ਇਕੁਅਲਸ ਟੂ 6 ਸਕੁਅਰ ਮਾਈਨਸ 1 ਇਜ਼ ਇਕੁਅਲਸ ਟੂ 36 ਮਾਈਨਸ 1 ਇਜ਼ ਇਕੁਅਲਸ ਟੂ 35। ਅਤੇ ਟ੍ਰਿਪਲੇਟ ਜਿਹੜੇ ਨੰਬਰਸ ਹੈ ਉਹ ਕੀ ਹੋ ਗਏ ਆਪਣੇ ਕੋਲ? ਨੰਬਰਸ ਆ 12, 35 ਅਤੇ 37। ਧੰਨਵਾਦ।